ਸਤਿ ਸ਼੍ਰੀ ਅਕਾਲ ਦੋਸਤੋ, ਕਿੱਦਾਂ ਸਾਰੇ? ਮੈਂ ਜੱਸੀ ਦਿਓਲ ਅਤੇ ਅੱਜ ਆਪਾਂ ਗੱਲ ਕਰਾਂਗੇ ਜੀ ਪੰਜਾਬੀ ਗਾਇਕ ਅਤੇ ਅਦਾਕਾਰ ਸਿੱਪੀ ਗਿੱਲ ਦੀ ਨਵੀਂ ਆ ਰਹੀ ਫਿਲਮ ਦੇ ਬਾਰੇ, ਜਿਸ ਦਾ ਨਾਮ ਹੈ ਜੀ ਮਰਜਾਣੇ। ਪੰਜਾਬੀ ਫਿਲਮਾਂ ਦੇ ਲੇਖਕ ਅਮਰਦੀਪ ਗਿੱਲ ਦੁਆਰਾ ਇਸ ਫਿਲਮ ਦੀ ਕਹਾਣੀ ਲਿਖੀ ਗਈ ਹੈ। ਇਸ ਕਹਾਣੀ ਦੇ ਵਿੱਚ ਪੰਜਾਬ ਦੇ ਉਜੜੇ ਵੇਲਿਆਂ 'ਚ ਮਾਵਾਂ ਦੀਆਂ ਅੱਖਾਂ ਦੇ ਵਿੱਚੋਂ ਨਿਕਲੇ ਹੰਝੂਆਂ ਨੂੰ ਦਰਸਾਉਂਦੀ ਹੈ। ਇਸ ਫਿਲਮ ਦੇ ਪੋਸਟਰ ਦੀ ਫਸਟ ਲੁੱਕ ਰਿਲੀਜ਼ ਕੀਤੀ ਗਈ ਹੈ ਅਤੇ ਇਸ ਪੋਸਟਰ ਵਿੱਚ ਸਿੱਪੀ ਗਿੱਲ ਦੀ ਬਹੁਤ ਘੈਂਟ ਲੁੱਕ ਵੇਖਣ ਨੂੰ ਨਜ਼ਰ ਆ ਰਹੀ ਹੈ। ਅਤੇ ਇਸ ਫਿਲਮ ਦੇ ਵਿੱਚ ਲੀਡ ਰੋਲ 'ਚ ਨਜ਼ਰ ਆਉਣਗੇ ਜੀ ਸਿੱਪੀ ਗਿੱਲ, ਅਤੇ ਇਹਨਾਂ ਦੇ ਨਾਲ ਹੋਣਗੇ ਪ੍ਰੀਤ ਕਮਲ, ਕੌਲ ਸਿੱਧੂ ਅਤੇ ਹੋਰ ਵੀ ਕਈ ਅਦਾਕਾਰ। ਇਸ ਫਿਲਮ ਨੂੰ ਪ੍ਰੋਡਿਊਸ ਕਰ ਰਹੇ ਨੇ ਜੀ ਵਿਵੇਕ ਔਰੀ, ਸਰਬਪਾਲ ਸਿੰਘ, ਅੰਮ੍ਰਿਤਪਾਲ ਸਿੰਘ, ਅਤੇ ਇਸ ਫਿਲਮ ਨੂੰ ਕੋ ਪ੍ਰੋਡਿਊਸ ਕਰਿਆ ਜੀ ਰੋਇਲ ਪੰਜਾਬ ਫਿਲਮਸ ਦੇ ਵੱਲੋਂ। ਅਤੇ ਇਹ ਫਿਲਮ ਜਲਦੀ ਹੀ ਸਿਨੇਮਾ ਘਰਾਂ ਦਾ ਸ਼ਿੰਗਾਰ ਬਣਨ ਜਾ ਰਹੀ ਹੈ। ਇਸ ਤੋਂ ਪਹਿਲਾਂ ਵੀ ਸਿੱਪੀ ਗਿੱਲ ਦੀਆਂ ਕਈ ਘੈਂਟ ਫਿਲਮਾਂ ਰਿਲੀਜ਼ ਹੋਈਆਂ, ਜਿਨ੍ਹਾਂ 'ਚੋਂ ਜੱਟ ਬਾਏ 2013 ਦੇ ਵਿੱਚ ਰਿਲੀਜ਼ ਹੋਈ, ਟਾਈਗਰ 2016 ਦੇ ਵਿੱਚ ਰਿਲੀਜ਼ ਹੋਈ, ਅਤੇ ਜੱਦੀ ਸਰਦਾਰ 2019 ਦੇ ਵਿੱਚ ਰਿਲੀਜ਼ ਹੋਈ, ਅਤੇ ਹੁਣ ਫਿਲਮ ਵੇਖਣ ਨੂੰ ਮਿਲੇਗੀ ਮਰ ਜਾਣੇ। ਇੱਦਾਂ ਦੀ ਹੋਰ ਅਪਡੇਟ ਜਾਣਨ ਲਈ ਜੁੜੇ ਰਹਿਣਾ ਸਾਡੇ ਚੈਨਲ ਦੇ ਨਾਲ। ਸਬਸਕ੍ਰਾਈਬ ਕਰਨਾ, ਲਾਈਕ ਕਰਨਾ, ਸ਼ੇਅਰ ਕਰਨਾ। ਥੈਂਕ ਯੂ ਸੋ ਮੱਚ।